वेज दे विचों सब तो ज्यादा जे न्यूट्रीशन दे तौर ते आपां वधिया चीज ला लीए तां इह मशरूम आउंदी है। सब्जियां दा राजा कह सकदे नूं, किंग ऑफ वेजिटेबल। बिल्कुल जी, जे एज ए न्यूट्रीशन वैल्यू ला लो, बहुत थोड़े जगह दे विच आपां वधिया ढंग नाल प्रॉफिट उह लै सकदे। जमीनां ने जिहड़ियां खत्म होंदियां जा रहियां ने, घट होंदियां जा रहियां ने, ਉਹਦੇ ਵਿੱਚ ਪ੍ਰੋਡਕਸ਼ਨ ਬਈ ਜੀ 60 ਕੁਇੰਟਲ ਦੀ ਲਗਭਗ ਐਵਰੇਜ, ਜਿਹੜੀ 60 ਕੁਇੰਟਲ ਹੈ ਐਵਰੇਜ ਰੇਟ 70 ਤੋਂ 80 ਰੁਪਏ ਪੈ ਜਾਂਦਾ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਵੀਰੋ ਅੱਜ ਵਾਲੀ ਵੀਡੀਓ ਨਾ ਮੈਂ ਪਹਿਲਾਂ ਹੀ ਕਹਿ ਰਿਹਾ ਯਾਰ, ਸ਼ੇਅਰ ਜ਼ਰੂਰ ਕਰ ਦਿਓ। ਉਹਦੇ ਪਿੱਛੇ ਕਾਰਨ ਹੈ, ਕਿਉਂਕਿ ਜਿਹੜੀ ਖੇਤੀਯੋਗ ਜ਼ਮੀਨ ਹੈ ਉਹ ਲਗਾਤਾਰ ਘਟ ਰਹੀ ਹੈ। ਜਿਹੜੀ ਹੈਗੀ ਵੀ ਆ ਤਾਂ ਉਹਦੇ 'ਚ ਰੇਹਾਂ ਸਪਰੇਹਾਂ ਡੀਜ਼ਲ ਟਰੈਕਟਰ ਇੰਨੇ ਕੁ ਮਹਿੰਗੇ ਹੋ ਗਏ ਵੀ ਆਮਦਨ ਨਾਲੋਂ ਜਿਹੜਾ ਖਰਚਾ ਵੱਧ ਜਾਂਦਾ। ਪਰ ਜਿਹੜੀ ਖੇਤੀ ਦੀ ਆਪਾਂ ਅੱਜ ਗੱਲ ਕਰਾਂਗੇ, ਇਹ ਸ਼ੈੱਡ ਦੇ ਅੰਦਰ ਖੇਤੀ ਆ, ਨਾ ਟਰੈਕਟਰ, ਨਾ ਤੁਹਾਨੂੰ ਕੋਈ ਕੱਦੂ ਕਰਨਾ, ਨਾ ਝੋਨਾ ਲਾਉਣਾ, ਨਾ ਰੇਹ ਸਪਰੇ ਕਰਨੀ, ਇਸ ਤਰ੍ਹਾਂ ਦੀ ਖੇਤੀ ਹੈ। ਖੇਤੀ ਕਿਹੜੀ? ਖੁੰਬਾਂ ਦੀ ਖੇਤੀ। ਆਪਾਂ ਸੁਣਦੇ ਵੀ ਹਾਂ, ਅਕਸਰ ਦੇਖਦੇ ਵੀ ਹਾਂ ਵੀ ਖੁੰਬ ਦੀ ਖੇਤੀ। ਤਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਲੀਪੁਰ, ਜ਼ਿਲ੍ਹਾ ਮਾਨਸਾ, ਬਲਾਡਾ ਤੋਂ ਬੋਹਾ ਰੋਡ ਤੇ ਪਿੰਡ ਹੈ। ਸਾਡੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਐਡਵੋਕੇਟ ਬਾਈ ਅਵਤਾਰ ਸਿੰਘ ਜੀ, ਜਿਨ੍ਹਾਂ ਦੇ ਫਾਦਰ ਸਾਹਿਬ ਪਿਛਲੇ ਸਾਲਾਂ ਦੇ ਵਿੱਚ ਹੈਲਥ ਡਿਪਾਰਟਮੈਂਟ ਚੋਂ ਰਿਟਾਇਰ ਹੁੰਦੇ ਨੇ। ਤੇ ਖੁੰਬਾਂ ਦੀ ਖੇਤੀ ਇੱਕ ਵੱਖਰੀ ਪਿਰਤ, ਕਿਉਂਕਿ ਰਵਾਇਤੀ ਖੇਤੀ ਛੱਡ ਕੇ ਜੋ ਵੀ ਕਿਸਾਨ ਵੀਰ ਖੇਤੀ ਕਰਦਾ, ਸਾਡਾ ਪਹਿਲਾ ਮੋਟੋ ਰਹਿੰਦਾ ਵੀ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਉਹ ਕਿਵੇਂ ਰਵਾਇਤੀ ਖੇਤੀ ਛੱਡ ਕੇ, ਜੇ ਮੈਂ ਕਹਾਂ ਝੋਨਾ, ਪੰਜਾਬ ਦੀ ਬਰਬਾਦੀ ਛੱਡ ਕੇ ਅਲੱਗ ਤਰ੍ਹਾਂ ਦੀ ਖੇਤੀ ਕਰ ਰਹੇ ਆ, ਕੁਦਰਤੀ ਜਾਂ ਔਰਗੈਨਿਕ ਖੇਤੀਆਂ ਕਰ ਰਹੇ ਆ, ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਅਕਸਰ ਹੀ ਲਾਉਂਦੇ ਰਹਿੰਦੇ ਹਾਂ। ਤਾਂ ਅੱਜ ਪਹੁੰਚੇ ਹਾਂ ਬਈ ਅਵਤਾਰ ਜੀ ਕੋਲੇ। ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਦਾ ਸਵਾਗਤ ਕਰਾਂਗੇ। ਬਾਈ ਅਵਤਾਰ ਜੀ, ਸਭ ਤੋਂ ਪਹਿਲਾਂ ਸਵਾਗਤ ਆ ਚੜ੍ਹਦਾ ਪੰਜਾਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਬਾਈ ਜੀ, ਮੈਂ ਪਹਿਲਾਂ ਇਹ ਪੁੱਛਣਾ ਚਾਹੂੰਗਾ ਵੀ ਪਿੱਛੇ ਮੈਂ ਦੇਖ ਰਿਹਾ ਪੂਰਾ ਸਟਰਕਚਰ ਆਪਾਂ ਖੜਾ ਕਰ ਲਿਆ, ਇਹ ਖੁੰਬਾਂ ਦੀ ਖੇਤੀ ਦਾ ਤੁਸੀਂ ਹੁਣ ਮੌਜੂਦਾ ਐਡਵੋਕੇਟ ਵੀ ਹੋ, ਅਦਾਲਤ ਵੀ ਬਹਿਣੇ ਹੋ, ਇਹ ਜਿਹੜਾ ਤੁਹਾਨੂੰ ਸ਼ੌਂਕ ਪਿਆ, ਕਿੱਥੋਂ ਇਸ਼ਕ ਜਾਗਿਆ ਇਹ? ਬਈ ਜੀ, ਅਸਲ ਮੇਰੇ ਸਹੁਰਾ ਸਾਹਿਬ ਹੋਰ ਕਰਦੇ ਆ ਕਿ ਖੇਤੀ ਜਿਹੜੀ ਹੈਗੀ ਆ ਇਹ, ਤੇ ਪਟਾਲ ਖੁਰਦ ਜਿਹੜਾ ਹੋਇਆ ਉਹਨਾਂ ਨੇ ਸਾਰਾ ਸਟਰਕਚਰ ਲਾਇਆ ਹੋਇਆ ਹੈਗਾ, ਇਵਨ ਕਿ ਕੰਪੋਸਟ ਦਾ ਵੀ ਲਾਇਆ ਹੋਇਆ, ਤੇ ਪਿਛਲੇ 5-6 ਸਾਲ ਤੋਂ ਕਰ ਰਹੇ ਆ। ਉਹਨਾਂ ਨੂੰ ਦੇਖ ਕੇ ਉਹਨਾਂ ਨੇ ਸਾਨੂੰ ਵੀ ਦੱਸਿਆ ਉਹਨਾਂ ਦਾ ਦੇਖਿਆ ਕੀ ਸਿਸਟਮ ਹੈ ਕਿਵੇਂ ਆ, ਤੇ ਫਿਰ ਅਸੀਂ ਇਹ ਕੀਤਾ ਵੀ ਆਪਾਂ ਵੀ ਲਾ ਕੇ ਦੇਖੀਏ। ਤੇ ਪਿਛਲੇ 2-3 ਸਾਲ ਤੋਂ ਅਸੀਂ ਵੀ ਲਾ ਰਹੇ ਹਾਂ, ਤੇ ਪਿਛਲੇ 2-3 ਸਾਲ ਦੇ ਵਿੱਚ ਸਾਨੂੰ ਵੀ ਲੱਗਿਆ ਵੀ ਇਹਦੇ ਵਿੱਚ ਵਧੀਆ ਮੁਨਾਫਾ ਹੋ ਰਿਹਾ, ਤੇ ਇਸ ਸਾਲ ਅਸੀਂ ਵੀ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਚੈਂਬਰ ਹੈ ਕੰਪੋਸਟ ਬਣਾਉਣ ਦਾ ਹੋ ਰਿਹਾ, ਉਹ ਸਾਰਾ ਕੁਝ ਲਾ ਰਹੇ ਹਾਂ। ਜਿਹੜਾ ਇਹ ਵਾਲਾ ਚੈਂਬਰ ਆ, ਆਹ ਸਾਹਮਣੇ ਦਿਖ ਰਿਹਾ, ਇਹ ਕੰਪੋਸਟ ਤਿਆਰ ਕਰਨ ਲਈ ਤੁਸੀਂ? ਹਾਂਜੀ, ਚੈਂਬਰ ਤਿਆਰ ਕਰ, ਇਹਦੀ ਜਿਹੜੀ ਕੰਪੋਸਟ ਹੈਗੀ ਮਸ਼ਰੂਮ ਵਾਸਤੇ ਜਿਹੜੀ ਤਿਆਰ ਹੁੰਦੀ ਹੈ, ਜਿਹਦੇ ਵਿੱਚ ਮਸ਼ਰੂਮ ਉਗਦੀ ਆ, ਉਹਦੇ ਵਾਸਤੇ ਜਿਹੜਾ ਹੈਗਾ ਸਾਰਾ ਤਿਆਰ ਕੀਤਾ ਜਾ ਰਿਹਾ। ਇੱਕ ਮੈਨੂੰ ਥੋੜਾ ਜਿਹਾ ਇਹ ਵੀ ਦੱਸੋ, ਇੱਥੇ ਵੀ ਜਿਹੜੀਆਂ ਰਵਾਇਤੀ ਖੇਤੀਆਂ, ਦੇਖੋ ਆਪਾਂ ਝੋਨਾ ਕਣਕ ਜਾਂ ਨਰਮਾ ਕਣਕ ਵਾਲੇ ਲੋਕ ਆ ਪੰਜਾਬੀ, ਝੋਨਾ ਆਪਣੀ ਖੁਰਾਕ ਹੀ ਹੈ ਨਹੀਂ ਗੀ, ਪਰ ਫਿਰ ਵੀ ਆਪਾਂ ਲੱਖਾਂ ਟਨ ਪੈਦਾ ਕਰ ਰਹੇ ਹਾਂ, ਉਹ ਤੋਂ ਛੱਡ ਕੇ ਤੁਸੀਂ ਇੱਧਰ ਨੂੰ ਆਏ ਹੋ, ਕਿੰਨਾ ਕੁ ਵਧੀਆ ਲੱਗਿਆ ਉਹਦੇ ਨਾਲੋਂ ਤੁਹਾਨੂੰ ਇਹ ਖੇਤੀ? ਬਾਜੀ, ਬਹੁਤ ਫਰਕ ਹੈ ਉਹਦੇ ਨਾਲੋਂ ਖੇਤੀ। ਅਸਲ ਇਹਨੂੰ ਮੈਂ ਸਹੀ ਸ਼ਬਦਾਂ 'ਚ ਕਹਾਂ ਵੀ ਇਹ ਖੇਤੀ ਨਹੀਂ ਹੈਗੀ, ਥੋੜਾ ਜਿਹਾ ਬਿਜ਼ਨਸ ਮਾਈਂਡਡ ਬਿਜ਼ਨਸ ਦੇ ਤੌਰ ਤੇ ਵੀ ਇਹਨੂੰ ਦੇਖਿਆ ਜਾ ਸਕਦਾ। ਇੱਕ ਤਾਂ ਇਹ ਹੈ ਵੀ ਇਹ ਐਜ਼ ਅ ਜਿਵੇਂ ਫੈਕਟਰੀ 'ਚ ਆਪਾਂ ਬਹੁਤ ਥੋੜੇ ਜਗ੍ਹਾ ਦੇ ਵਿੱਚ ਆਪਾਂ ਵਧੀਆ ਢੰਗ ਨਾਲ ਪ੍ਰੋਫਿਟ ਉਹ ਲੈ ਸਕਦੇ ਹਾਂ। ਜਿਵੇਂ ਅੱਜ ਕੱਲ੍ਹ ਤੁਸੀਂ ਪਹਿਲਾਂ ਵੀ ਕਿਹਾ ਵੀ ਜ਼ਮੀਨਾਂ ਨੇ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ, ਘੱਟ ਹੁੰਦੀਆਂ ਜਾ ਰਹੀਆਂ ਨੇ, ਪੈਦਾਵਾਰ ਹੈ ਜਿਹੜੀ ਉਹ ਵੱਧ ਤਾਂ ਲਈ ਜਾਂਦੇ ਆ, ਪਰ ਜਿਹੜੀ ਉਹਦੀ ਕਿਸ ਕੋਸਟ ਤੇ ਲੈ ਰਹੇ ਆ ਆਪਾਂ, ਪਾਣੀ ਹੋ ਗਿਆ, ਰੇਹਾਂ ਸਪਰੇਹਾਂ ਹੋ ਗਈਆਂ, ਹੋਰ ਹੋ ਗਿਆ, ਤੇ ਇਹ ਜਿਹੜਾ ਹੈਗਾ ਨਵਾਂ ਚੱਲਣ ਚੱਲਿਆ ਵਧੀਆ ਹੈਗਾ, ਦੇਖਦੇ ਆ ਅੱਗੇ ਕਿੱਦਾਂ। ਬਾਈ ਨੇ ਯਾਰ ਬਹੁਤ ਵਧੀਆ ਗੱਲ ਕਰੀ ਹੈ ਪਾਣੀ ਦੀ। ਦੇਖੋ ਜਿਹੜੀ ਰਵਾਇਤੀ ਖੇਤੀ ਆ, ਪਾਣੀ ਦੀ ਵੀ ਬਰਬਾਦੀ ਬਹੁਤ ਆ ਉਹਦੇ ਵਿੱਚ, ਪਰ ਇਸ ਖੇਤੀ ਦੇ ਵਿੱਚ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਔਰ ਛੋਟੇ ਜਿਹੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੱਥੇ ਮਤਲਬ ਲੇਬਰ ਨੂੰ ਕੰਮ ਵੀ ਬਹੁਤ ਮਿਲਿਆ ਹੋਇਆ, ਤੇ ਬਹੁਤ ਜ਼ਿਆਦਾ ਲੋਕ ਇਹਦੇ ਤੇ ਰੁਜ਼ਗਾਰ ਵੀ ਇੱਥੋਂ ਪ੍ਰਾਪਤ ਕਰ ਰਹੇ ਆ, ਤੇ ਬਾਇਓਰੀ ਵੀ ਪ੍ਰੋਫਿਟ ਲੈ ਰਿਹਾ। ਬਾਈ ਜੀ, ਮੈਨੂੰ ਜਿਹੜਾ ਆਪਣਾ ਇਹ ਸਟਰਕਚਰ ਤਿਆਰ ਕਰਨਾ, ਸਭ ਤੋਂ ਪਹਿਲਾਂ ਬਾਂਸ ਦਾ, ਇਹਦੇ ਬਾਰੇ ਦੱਸੋ ਵੀ ਇਹ ਜੇ ਕੋਈ ਕਿੰਨੇ ਬਾਈ ਕਿੰਨੇ ਦਾ ਤੁਸੀਂ ਤਿਆਰ ਕਰਿਆ ਤੇ ਕਿੰਨਾ ਕੁ ਕੋਸਟਲੀ ਹੈ? ਬਾਈ ਜੀ, ਜਿਹੜਾ ਇੱਕ ਸ਼ੈੱਡ ਹੈਗਾ ਉਹ ਅਸੀਂ ਜਿਹੜਾ ਤਿਆਰ ਕੀਤਾ, ਵੈਸੇ ਇਹਦੀ ਸਟੈਂਡਰਡ ਸਾਈਜ਼ ਕੋਈ ਨਹੀਂ ਹੈ, ਅਸੀਂ ਜਿਹੜਾ 70x40 ਦਾ ਜਿਹੜਾ ਸ਼ੈੱਡ ਲਾਉਨੇ ਆ, ਉਹਦੇ ਵਿੱਚ ਲਗਭਗ 300 ਕੁਇੰਟਲ ਜਿਹੜਾ ਇਹਦੇ ਵਿੱਚ ਕੰਪੋਸਟ ਪੈਂਦਾ ਹੈਗਾ। 70x40 ਦੇ ਜਿਹੜਾ ਤੁਸੀਂ ਬਾਂਸ ਦਾ ਸਟਰਕਚਰ ਖੜਾ ਕਰ ਲਿਆ, ਹਾਂਜੀ,
300 ਕੁਇੰਟਲ ਉਹਦੇ ਤੇ ਕੰਪੋਸਟ ਜਿਹੜਾ ਹੈਗਾ ਖਾਦ ਹੈਗੀ ਜਿਹੜੀ ਦੇ ਵਿੱਚ ਇਹਨੇ ਉੱਗਣਾ ਉਹ ਪੈ ਜਾਂਦੀ ਹੈ ਉਹ ਪੈ ਜਾਂਦੀ ਹੈ ਉਹਦੇ ਚੋਂ ਪ੍ਰੋਡਕਸ਼ਨ ਕਿੰਨੀ ਕ ਆ ਜਾਂਦੀ ਹੈ ਉਹਦੇ ਵਿੱਚੋਂ ਪ੍ਰੋਡਕਸ਼ਨ ਬਈ ਜੀ 60 ਕੁ ਕੁਇੰਟਲ ਦੀ ਲਗਭਗ ਐਵਰੇਜ ਜਿਹੜੀ 60 ਕੁਇੰਟਲ ਹੈ ਵੱਧ ਤੁਸੀਂ 70 ਤੱਕ ਵੀ ਪਹੁੰਚ ਸਕਦੀ ਹੈ ਠੀਕ ਤੇ ਉਹ ਤੁਹਾਡੀ ਮਿਹਨਤ ਤੇ ਹੈ ਇੱਥੇ ਮੈਂ ਕਹੂੰ ਆਪਾਂ ਢਾਂਚਾ ਤਿਆਰ ਕਰ ਲਿਆ ਉਸ ਤੋਂ ਬਾਅਦ ਜਿਹੜਾ ਬਈ ਜੀ ਮੇਨ ਖਰਚਾ ਹੈਗਾ ਉਹ ਕਾਹਦਾ ਕਾਹਦਾ ਹੈਗਾ ਬੀਜ ਹੈ ਜਾਂ ਖਾਦ ਹੈ ਜਾਂ ਉਸ ਤੋਂ ਬਾਅਦ ਇਹਦੇ ਤੇ ਖਾਦ ਪਾਣੀ ਦਵਾਈਆਂ ਹੋਰ ਕੁਝ ਹੁੰਦਾ ਮੇਨ ਬੇਸਿਕ ਖਰਚਾ ਬਈ ਜੀ ਇਹ ਤੇ ਹੈਗਾ ਸਾਰਾ ਜਿਹੜਾ ਕੰਪੋਸਟ ਦਾ ਹੀ ਹੈ ਕੰਪੋਸਟ ਦੇ ਬੀਜ ਦੋਨੋਂ ਮਿਕਸ ਹੋ ਕੇ ਹੀ ਪੈਂਦੇ ਆ ਪਹਿਲਾਂ ਹੀ ਇਹਦੇ ਚ ਤੇ ਕੰਪੋਸਟ ਦਾ ਮੇਨ ਖਰਚਾ ਹੈ ਇਹਦਾ ਜਿਹੜਾ ਕੰਪੋਸਟ ਹੈ ਉਹ ਲਗਭਗ ਪਿਛਲੇ ਸਾਲ ਜਿਹੜਾ ਰੇਟ ਚੱਲ ਰਿਹਾ ਸੀਗਾ ਉਹ 7.5-7 ਰੁਪਏ ਕਿਲੋ ਦੇ ਹਿਸਾਬ ਨਾਲ ਹੈ ਮਤਲਬ ਤੁਸੀਂ 750 ਰੁਪਏ ਕੁਇੰਟਲ ਦੇ ਹਿਸਾਬ ਨਾਲ ਲਾ ਲਓ ਤੇ ਉਹ ਇੱਕ ਸ਼ੈੱਡ ਦੇ ਵਿੱਚ ਆਪਾਂ ਉਹਦੀ ਕਾਸਟ ਲਾ ਲਈਏ ਵੀ 2 ਲੱਖ ਤੋਂ ਉੱਪਰ ਦਾ ਪੈ ਜਾਂਦਾ 2 ਲੱਖ ਤੋਂ ਉੱਪਰ ਦਾ ਪੈ ਜਾਂਦਾ ਤੇ ਜਿਹਦੇ ਚੋਂ ਮਤਲਬ 60-70 ਕੁਇੰਟਲ ਜਿਹੜੀ ਤੁਹਾਡੀ ਖੁੰਬ ਨਿਕਲਿਆ ਖੁੰਬ ਨਿਕਲਿਆ ਮਾਰਕੀਟ ਦਾ ਇਹਦਾ ਪ੍ਰਾਈਸ ਕੀ ਰਹਿੰਦਾ ਸੀਜ਼ਨ ਨਾਲ ਜਿਹੜੀ ਆਪਾਂ ਪੈਦਾ ਕਰਦੇ ਆ ਮਤਲਬ ਨਵੰਬਰ ਵਾਲੀ ਤੁਹਾਡੀ ਮਾਰਚ ਅਪ੍ਰੈਲ ਤੱਕ ਚੱਲਦੀ ਹੈ ਕੀ ਰੇਟ ਰਹਿੰਦਾ ਉਦੋਂ ਇਹਦਾ ਬਾਈ ਜੀ ਰੇਟ ਜਿਹੜਾ ਹੈਗਾ ਐਵਰੇਜ ਰੇਟ 70-80 ਰੁਪਏ ਪੈ ਜਾਂਦਾ ਤੇ ਹਾਂਜੀ 70-80 ਰੁਪਏ ਐਵਰੇਜ ਰੇਟ ਪੈ ਜਾਂਦਾ ਜੇ ਕਿਸੇ ਟਾਈਮ ਇਹ ਹੈ ਵੀ 100 ਤੋਂ ਵੀ ਟੱਪ ਜਾਂਦਾ ਕਈ ਵਾਰੀ 70 ਵੀ ਚੱਲੀ ਜਾਂਦਾ ਰਹਿੰਦਾ ਲਗਾਤਾਰ ਤੇ ਐਵਰੇਜ ਰੇਟ 70-75-80 ਤੱਕ ਦਾ ਜਾਂਦਾ ਅੱਛਾ ਹੁਣ ਤੁਸੀਂ ਜਦੋਂ ਸਟਾਰਟ ਕੀਤਾ ਸੀ ਬਾਈ ਜੀ 2-3 ਸਾਲ ਪਹਿਲਾਂ ਉਦੋਂ ਕਿੰਨੇ ਜਿਹੜੇ ਚੈਂਬਰਾਂ ਤੋਂ ਸਟਾਰਟ ਕੀਤਾ ਸੀ ਤੇ ਹੁਣ ਮੂਹਰਲੇ ਸਾਲ ਤੁਹਾਡਾ ਕਿੰਨਾ ਪਲਾਨ ਹੈ ਅਸੀਂ ਬਾਈ ਜੀ ਸਟਾਰਟ ਕੀਤਾ ਸੀਗਾ ਪਹਿਲਾਂ 3 ਚੈਂਬਰ ਲਾਏ ਸੀ ਤੇ ਉਸ ਤੋਂ ਬਾਅਦ ਅਸੀਂ 6 ਸ਼ੈੱਡ ਲਾਏ ਆ ਜਿਹੜੇ ਤੇ ਅੱਗੇ ਅਸੀਂ ਸੋਚ ਰਹੇ ਹਾਂ ਵੀ 10-12-15 ਜਿੱਥੋਂ ਤੱਕ ਜਾਂਦਾ ਵੀ ਇਸ ਸਾਲ ਜਿਹੜਾ ਲਾਉਣਾ ਹਾਂਜੀ ਕਿਉਂਕਿ ਸਾਡੇ ਕੋਲ ਇਸ ਸਾਲ ਥੋੜਾ ਜਿਹਾ ਆਪਦਾ ਕੰਪੋਸਟ ਵੀ ਆਪਣੀ ਹੋ ਜੂਗੀ ਤੇ ਜਿਵੇਂ ਜਿਸ ਹਿਸਾਬ ਨਾਲ ਕੰਪੋਸਟ ਸਾਡੇ ਕੋਲ ਅਵੇਲੇਬਲ ਹੁੰਦੀ ਆ ਉਸ ਹਿਸਾਬ ਨਾਲ ਅਸੀਂ ਦੇਖਾਂਗੇ ਬਾਈ ਜੀ ਤੁਸੀਂ ਕੰਪੋਸਟ ਦੀ ਗੱਲ ਕਰੀ ਆ ਤਿਆਰ ਵੀ ਕਰ ਰਹੇ ਹੋ ਮੈਂ ਤੁਹਾਡਾ ਢਾਂਚਾ ਦੇਖ ਲਿਆ ਕੀ ਤੁਸੀਂ ਜਿਹੜੀ ਕੰਪੋਸਟ ਹੈ ਇਹ ਜੇ ਕਿਸੇ ਫਾਰਮਰ ਆਪਣੇ ਲੋਕਲ ਵੀਰ ਕੋਈ ਲਾਉਣਾ ਚਾਹੁੰਦਾ ਥੋੜਾ ਬਹੁਤਾ ਤਿਆਰ ਕਰਨਾ ਚਾਹੁੰਦਾ ਇਹ ਸੇਲ ਵੀ ਕਰੋਗੇ ਜਾਂ ਆਪਦੇ ਲਈ ਪੈਦਾ ਕਰ ਰਹੇ ਹੋ ਕੰਪੋਸਟ ਬਾਈ ਜੀ ਜੇ ਸਾਡੇ ਕੋਲ ਐਕਸਟਰਾ ਹੁੰਦੀ ਆ ਤਾਂ ਸੇਲ ਵੀ ਕਰ ਦਾਂਗੇ ਕੋਈ ਦਿੱਕਤ ਨਹੀਂ ਤੇ ਪਰ ਬੇਸਿਕ ਅਸੀਂ ਇੱਕ ਵਾਰ ਅਸੀਂ ਇਹ ਆ ਵੀ ਆਪਣੇ ਵਾਸਤੇ ਪਹਿਲਾਂ ਅਸੀਂ ਦੇਖਦੇ ਆ ਵੀ ਕਿੰਨੀ ਕੁ ਤਿਆਰ ਹੁੰਦੀ ਹੈ ਇਹਦੀ ਤੇ ਬਾਕੀ ਐਕਸਟਰਾ ਹੁੰਦੀ ਹੈ ਤਾਂ ਬਿਲਕੁਲ ਸੇਲ ਵਾਸਤੇ ਇਹ ਜਿਹੜੀ ਕੰਪੋਸਟ ਹੈ ਇਹਦੇ ਬੇਸ ਪਾਉਣ ਲਈ ਇਹ ਕਿੰਨੇ ਦਿਨ ਚ ਰੈਡੀ ਹੋ ਜਾਂਦੀ ਆ ਚੈਂਬਰਾਂ ਦੇ ਵਿੱਚ ਤੁਹਾਡੇ ਇਹ ਅਲੱਗ-ਅਲੱਗ ਪ੍ਰੋਸੈਸ ਹੈ ਜੀ ਇੱਕ ਵਾਰ ਮਿਕਸਿੰਗ ਹੁੰਦੀ ਆ ਫਿਰ ਅੱਗੇ ਮਤਲਬ ਇੱਕ ਟੋਟਲ ਦਿਨ ਜੇ ਆਪਾਂ ਕਹੀਏ ਕਿੰਨੇ ਕੁ ਲੱਗ ਜਾਂਦੇ ਆ 15-20 ਦਿਨ 20 ਦਿਨ ਅੱਛਾ 20 ਦਿਨ ਚ ਤਿਆਰ ਹੋ ਜਾਂਦੀ ਆ 20 ਦਿਨਾਂ ਬਾਅਦ ਤੁਸੀਂ ਉਹਨੂੰ ਉਧਰ ਲਿਜਾ ਸਕਦੇ ਸੀਡ ਪਾਤਾ ਕੋਈ ਉਸ ਤੋਂ ਬਾਅਦ ਇਹਦੇ ਤੇ ਰੇ ਸਪਰੇ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਮਿਹਨਤ ਆਉਂਦੀ ਆ ਰੇ ਸਪਰੇ ਦੀ ਕੋਈ ਬਾਲੀ ਖਾਸ ਨਹੀਂ ਆਉਂਦੀ ਹੈਗੀ ਮੇਨ ਇਹਦੇ ਚ ਪਾਣੀ ਹੀ ਯੂਜ਼ ਹੁੰਦਾ ਹੈਗਾ ਉਹ ਡੇਲੀ ਹਲਕਾ ਫੁਲਕਾ ਮਾਰਨਾ ਪੈਂਦਾ ਕੋਈ ਬਾਲਾ ਪਾਣੀ ਯੂਜ਼ ਹੁੰਦਾ ਹੈਗਾ ਫੁਹਾਰਾ ਟਾਈਪ ਮਾਰਨਾ ਪੈਂਦਾ ਤੇ ਰੇ ਕੋਈ ਯੂਜ਼ ਨਹੀਂ ਹੁੰਦੀ ਬਾਅਦ ਦੇ ਵਿੱਚ ਸਿਰਫ ਕਈ ਵਾਰ ਇਹ ਹੋ ਜਾਂਦਾ ਵੀ ਉਹ ਵੀ ਆਰਗੈਨਿਕ ਜਿਵੇਂ ਐਂਬੇ ਵਗੈਰਾ ਦੀ ਅਸੀਂ ਉਦਾਂ ਦੀ ਯੂਜ਼ ਕਰਦੇ ਹਾਂ ਬਾਈ ਚਾਂਸ ਜੇ ਕਿਸੇ ਹੋਰ ਫੰਗਲ ਦਾ ਅਟੈਕ ਹੁੰਦਾ ਜਾਂ ਹੋਰ ਹੁੰਦਾ ਉਹਦੇ ਵਾਸਤੇ ਥੋੜੀ ਬਹੁਤੀ ਹੋ ਸਕਦੀ ਹੈ ਬਾਕੀ ਰੈਗੂਲਰ ਜਿੱਦਾਂ ਆਪਾਂ ਨਰਮੇ ਤੇ ਕਰਦੇ ਹਾਂ ਜਾਂ ਰਵੇਤੀ ਫਸਲਾਂ ਤੇ ਕਰਦੇ ਹਾਂ ਉਹਨਾਂ ਦੀ ਕੋਈ ਰੇਸ ਇਹਨੂੰ ਆਪਾਂ ਆਰਗੈਨਿਕ ਸਬਜ਼ੀ ਕਹਿ ਸਕਦੇ ਹਾਂ ਫੁੱਲੀ ਆਰਗੈਨਿਕ ਨਹੀਂ ਕਹਿ ਸਕਦੇ ਸੈਮੀ ਆਰਗੈਨਿਕ ਕਹਿ ਸਕਦੇ ਪਰ ਜਿਹੜੀਆਂ ਆਪਾਂ ਖੇਤਾਂ ਦੇ ਵਿੱਚੋਂ ਮੋਨੋ ਜੇ ਉਹ ਕਰਕੇ ਲਾਉਣਾ ਉਹਨਾਂ ਨਾਲ ਤਾਂ ਚੰਗੀ ਹੈ ਬਿਲਕੁਲ ਜੀ ਉਹ ਤਾਂ ਵੈਸੇ ਸੈਮੀ ਆਰਗੈਨਿਕ ਵੀ ਮੈਂ ਤਾਂ ਹੀ ਕਹੀ ਹੈ ਨਾ ਕਿਉਂਕਿ ਜਿਹੜਾ ਇਹਦੇ ਵਿੱਚ ਅਸੀਂ ਰॉ ਮਟੀਰੀਅਲ ਵੀ ਯੂਜ਼ ਕਰਦੇ ਜਿੱਦਾਂ ਤੂੜੀ ਕਰਦੇ ਆ ਹੁਣ ਕਰਦੇ ਉਹ ਵੀ ਫੁੱਲੀ ਆਰਗੈਨਿਕ ਨਹੀਂ ਹੁੰਦਾ ਹੈਗਾ ਆਪਣੇ ਕੋਲ ਮਤਲਬ ਜੇ ਹੁਣ ਆਪਾਂ ਤੂੜੀ ਯੂਜ਼ ਕਰਦੇ ਆ ਇਹਦਾ ਰॉ ਮਟੀਰੀਅਲ ਹੈ ਤੂੜੀ ਦੇ ਉੱਪਰ ਵੀ ਕਦੇ ਨਾ ਕਦੇ ਤਾਂ ਸਪਰੇ ਹੋਈ ਹੋਣਾ ਤਾਂਿਓ ਇਹਨੂੰ ਐਜ਼ ਏ ਠੱਪਾ ਲਾ ਕੇ ਆਪਾਂ ਕਹਿ ਦਈਏ ਵੀ ਬਿਲਕੁਲ ਹੀ ਆਰਗੈਨਿਕ ਹੈ ਜੀ ਕਿਉਂਕਿ ਜਦੋਂ ਰॉ ਮਟੀਰੀਅਲ ਦੇ ਵਿੱਚ ਹੀ ਹਲਕਾ ਫੁਲਕਾ ਆਈ ਜਾਂਦਾ ਉਹ ਤਾਂ ਆਪਣੇ ਦੇਖੋ ਕਣ-ਕਣ ਚ ਹੋ ਰਿਹਾ ਹੁਣ ਸਾਰਾ ਜਿਹੜਾ ਹੈਗਾ ਸਪਰੇਆਂ ਦਾ ਹਨਾ ਹੋਰ ਤੇ ਰॉ ਮਟੀਰੀਅਲ ਦੇ ਵਿੱਚ ਹੀ ਹਲਕਾ ਫੁਲਕਾ ਜੇ ਉਹ ਆ ਜੇ ਤਾਂ ਉਹਨੂੰ ਆਪਾਂ ਜੇ ਕਦੇ ਬਾਈ ਚਾਂਸ ਜਾਂਚ ਕਰਵਾ ਲੈਣ ਜਾਂ ਆਪਾਂ ਆਰਗੈਨਿਕ ਕਹਿ ਕੇ ਵੇਚੀ ਚੱਲੀਏ ਬਿਲਕੁਲ ਹੀ ਸੈਮੀ ਆਰਗੈਨਿਕ ਕਹਿ ਸਕਦੇ ਆ ਮਤਲਬ ਉਹਨਾਂ ਨਾਲੋਂ ਤੁਸੀਂ ਇਹ ਲਾ ਲਓ ਵੀ 5-10% ਵੀ ਇਹਦੇ ਵਿੱਚ ਕੋਈ ਇਦਾਂ ਦਾ ਯੂਜ਼ ਹੁੰਦਾ ਕੈਮੀਕਲ ਅਵਤਾਰ ਜੀ ਇੱਕ ਮੈਨੂੰ ਬਸ ਜਾਂਦੇ ਜਾਂਦੇ ਇਹ ਦੱਸ ਦਿਓ ਵੀ ਜਦੋਂ ਤੁਸੀਂ ਉਧਰ ਆਪਦਾ ਢਾਂਚੇ ਦੇ ਵਿੱਚ ਉਹ ਪਾਤਾ ਮਟੀਰੀਅਲ ਕਿੰਨੇ ਦਿਨ ਬਾਅਦ ਇਹਦੀ ਜਿਹੜੀ ਫਰੂਟਿੰਗ ਕਹੀਏ ਆਪਾਂ ਉਹ ਸਟਾਰਟ ਹੋ ਜਾਂਦੀ ਹੈ ਜਾਂ ਤੁੜਾਈ ਆਪਾਂ ਕਹੀਏ ਕਿੰਨੇ ਦਿਨ ਬਾਅਦ ਸਟਾਰਟ ਹੋ ਜਾਂਦੀ ਹੈ ਉਹ ਲਗਭਗ 1 ਮਹੀਨਾ ਜੀ 30 ਦਿਨ ਦੇ ਲਗਭਗ ਪਾਉਣ ਤੋਂ ਮਹੀਨਾ ਬਾਅਦ ਹਾਂਜੀ ਇਹਦੀ ਉਹਦੀ ਫਰੂਟਿੰਗ ਤੇ ਆ ਜਾਂਦੀ ਫਰੂਟਿੰਗ ਸਟਾਰਟ ਹੁੰਦੀ ਹੈ ਤੇ ਜੇ ਆਪਾਂ ਮਤਲਬ ਘਰੇ ਆਪਾਂ ਸਬਜ਼ੀਆਂ ਆਮ ਵੀ ਲਾਉਣੇ ਆ ਇਹਨੂੰ ਵੀ ਆਪਾਂ ਘਰੇ ਜੇ ਕਿਸੇ ਨੇ ਕਿਸਾਨ ਵੀਰ ਨੇ ਲਾਉਣਾ ਸਬਜ਼ੀ ਦੇ ਤੌਰ ਤੇ ਘਰੇ ਵੀ ਲਾ ਸਕਦਾ 5-10 ਲਫਾਫੇ ਬਿਲਕੁਲ ਜੀ 10 ਲਫਾਫੇ ਲੈ ਜਾਓ ਇੱਥੋਂ ਕੋਈ ਦਿੱਕਤ ਨਹੀਂ ਹੈ ਅਸੀਂ ਉਹ 10 ਲਫਾਫੇ ਕਿੰਨਾ ਉਹਨੂੰ ਮਤਲਬ ਕਿੰਨੇ ਕ ਟਾਈਮ ਜਾਂ ਕਿੰਨੀ ਕ ਸਬਜ਼ੀ ਖਵਾ ਦੇਣਗੇ ਉਹ ਮੈਨੂੰ ਲੱਗਦਾ ਵੀ ਇਹ ਕੰਮ ਆਪਾਂ 5-7 ਮਤਲਬ ਜੀਆਂ ਦਾ ਟੱਬਰ ਹੈਗਾ ਤਾਂ
ਪੂਰਾ ਸੀਜ਼ਨ ਆਰਾਮ ਨਾਲ ਚੱਲੂਗਾ, ਕੋਈ ਦਿੱਕਤ ਨਹੀਂ। ਯਾਨੀ ਕਿ ਦਸੰਬਰ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਤੱਕ ਉਹਨੂੰ ਘਰ ਦੀ ਸਬਜ਼ੀ ਤਿਆਰ। ਬਿਲਕੁਲ ਜੀ, ਕਿਉਂਕਿ ਉਹਦੇ ਵਿੱਚੋਂ ਜੇ 10 ਲਫਾਫੇ ਆਪਾਂ ਕਰ ਲਈਏ ਤਾਂ ਉਹਦੇ ਵਿੱਚੋਂ 30-35 ਕਿਲੋ 40 ਕਿਲੋ ਦੇ ਆਰਾਮ ਨਾਲ ਹੋ ਜਾਊਗੀ। ਤਾਂ ਉਹਦੇ ਨਾਲ ਕੀ ਹੈਗਾ ਵੀ ਮਤਲਬ ਹਲਕਾ ਹਲਕਾ ਤੁਸੀਂ ਮਤਲਬ ਜ਼ਿਆਦਾ ਵੀ ਨਹੀਂ ਯੂਜ਼ ਹੁੰਦੀ ਇਹ, ਜੇ ਡੇਲੀ ਯੂਜ਼ ਤਾਂ ਹੁੰਦੀ ਨਹੀਂ, ਡੇਲੀ ਯੂਜ਼ ਵੀ ਨਹੀਂ ਹੁੰਦੀ। ਸੈਕੰਡਲੀ ਆਪਾਂ ਜਿਹੜਾ ਪੈਕਟ ਵੀ ਲੈਣੇ ਆ ਉਹ 20 ਗ੍ਰਾਮ 200 ਗ੍ਰਾਮ ਦਾ ਹੀ ਹੁੰਦਾ ਹੈ। 200 ਜੀ, ਠੀਕ ਹੈ ਜੀ। ਜੇ ਇਹਨੂੰ ਅੱਧਾ ਕਿਲੋ ਵੀ ਯੂਜ਼ ਕਰ ਲਓ, ਅੱਧਾ ਕਿਲੋ ਬਾਕੀ ਜਿੱਦਾਂ ਪਨੀਰ ਦੀ ਆ ਫਲਾਵਟ ਵੀ ਜ਼ਿਆਦਾ ਦਿੰਦੀ ਆ, ਹੋਰ ਹੁੰਦਾ ਸਾਰਾ, ਤੇ ਆਰਾਮ ਨਾਲ ਪੂਰਾ ਸੀਜ਼ਨ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ। ਇਹਦੇ ਚ ਅਵਤਾਰ ਜੀ ਕੋਈ ਵੈਰਾਈਟੀਆਂ ਵੀ ਹੈਗੀਆਂ, ਵੱਧ ਕਾਮਯਾਬ ਕਿਹੜੀ ਹੈ ਜਾਂ ਕੋਈ ਘੱਟ ਕਾਮਯਾਬ, ਜਾਂ ਕਿਹੜੀ ਵੈਰਾਈਟੀ ਤੁਸੀਂ ਪੈਦਾ ਕਰ ਰਹੇ ਹੋ? ਵੈਸੇ ਮਸ਼ਰੂਮ ਦੇ ਵਿੱਚ ਇਹ ਹੈ ਤਾਂ ਬਹੁਤ ਤਰ੍ਹਾਂ ਦੀ ਮਸ਼ਰੂਮ ਹੈਗੀ। ਆਪਣੇ ਜਿਹੜਾ ਯੂਜ਼ ਹੁੰਦਾ ਹੈ ਖਾਸ ਕਰਕੇ ਇੰਡੀਆ ਦੇ ਵਿੱਚ ਯੂਜ਼ ਹੁੰਦਾ, ਆਪਣੇ ਨਾਰਥ ਇੰਡੀਆ ਦੇ ਵਿੱਚ ਯੂਜ਼ ਹੁੰਦਾ, ਉਹ 3 ਤਰ੍ਹਾਂ ਦੀ ਹੈਗੀ। ਆਪਣੇ ਮੋਸਟਲੀ ਲਈ ਬਟਨ ਮਸ਼ਰੂਮ ਕਰਦੇ ਆ, ਇੱਕ ਓਇਸਟਰ ਹੈ ਜਿਹਨੂੰ ਢਿੰਗਰੀ ਕਹਿ ਦਿੰਦੇ ਆਪਾਂ, ਉਹ ਅਲੱਗ ਤਰ੍ਹਾਂ ਦੀ ਹੁੰਦੀ ਆ, ਉਹ ਵੀ ਘੱਟ ਹੀ ਦੇਖਦੇ ਆ ਆਪਾਂ। ਇੱਕ ਹੁੰਦੀ ਆ ਮਿਲਕੀ ਕਹਿੰਦੇ ਹੈਗੇ, ਉਹ ਇਹਨਾਂ ਦਾ ਤਿੰਨਾਂ ਦਾ ਜਿਹੜਾ ਹੈਗਾ ਉਗਾਉਣ ਦਾ ਤਰੀਕਾ ਅਲੱਗ ਹੈ, ਸਾਰਾ ਕੁਛ ਅਲੱਗ ਅਲੱਗ ਹੀ ਆ, ਟੈਂਪਰੇਚਰ ਅਲੱਗ ਅਲੱਗ ਨੇ ਤਿੰਨਾਂ ਦੇ। ਤੁਸੀਂ ਕਿਹੜੀ ਦੀ ਖੇਤੀ ਕਰ ਰਹੇ ਹੋ? ਅਸੀਂ ਬਟਨ ਮਸ਼ਰੂਮ ਦੀ, ਜਿਹੜੀ ਆਪਣੇ ਆਮ ਚੱਲਦੀ ਹੈ, ਜਿਹੜੀ ਆਪਾਂ ਅਸਲ ਆਮ ਲੋਕ ਹੈ ਜਿਹੜੇ ਮਸ਼ਰੂਮ ਨੂੰ ਜਿਹੜੀ ਮਸ਼ਰੂਮ ਦੇ ਤੌਰ ਤੇ ਜਾਣਦੇ ਆ ਉਹੀ ਹੈ। ਅੱਛਾ ਅਵਤਾਰ ਜੀ, ਬਸ ਇੱਕ ਮੈਨੂੰ ਸਵਾਲ ਦੱਸ ਦਿਓ ਵੀ ਦੇਖੋ, ਹਰ ਚੀਜ਼ ਕਿਸਾਨ ਕਈ ਵਾਰੀ ਪੈਦਾ ਕਰ ਲੈਂਦਾ, ਪੈਦਾ ਕਰਨੀ ਔਖੀ ਨਹੀਂ, ਬਾਅਦ ਚ ਵੇਚਣ ਦੀ ਬੜੀ ਵੱਡੀ ਦਿੱਕਤ ਆਉਂਦੀ ਹੈ। ਮਾਰਕੀਟਿੰਗ ਇਹਦੀ ਕਿੰਨਾ ਕੁ ਸੌਖਾ ਜਾਂ ਔਖਾ, ਜਾਂ ਕਿੰਨਾ ਕੁ ਉਹਦੇ ਚ ਤੁਹਾਨੂੰ ਮੁਸ਼ਕਲ ਆਉਂਦੀ ਹੈ? ਜੇ ਤਾਂ ਜੀ ਤੁਸੀਂ ਛੋਟੇ ਪੱਧਰ ਤੇ ਕਰਦੇ ਹੋ ਉਹਦੇ ਲਈ ਤਾਂ ਆਈ ਥਿੰਕ ਸੌਖਾ ਹੀ ਹੈ, ਲੋਕਲ ਵੀ ਵਿਕ ਜਾਂਦੀ ਹੈ। ਜਿੱਦਾਂ ਅਸੀਂ ਪਹਿਲਾਂ ਬੁੜਲਾਡੇ ਲੈ ਕੇ ਜਾਂਦੇ ਹੁੰਦੇ ਸੀ, ਉੱਥੇ 40-50 ਕਿਲੋ ਲੱਗ ਜਾਂਦੀ ਹੈ। ਮਾਨਸਾ ਲੈ ਕੇ ਜਾਂਦੇ ਹੋ ਉੱਥੇ 1.5 ਕੁਇੰਟਲ ਦੇ ਲਗਭਗ ਲੱਗ ਜਾਂਦੀ ਹੈ। ਸੰਗਰੂਰ ਲੈ ਕੇ ਜਾਂਦੇ ਹੋ ਉੱਥੇ 2 ਕੁਇੰਟਲ ਲੱਗ ਜਾਂਦੀ ਹੈ। ਪਰ ਜੇ ਤੁਹਾਡੀ ਜਿਹੜਾ ਹੈਗਾ ਪ੍ਰੋਡਕਸ਼ਨ ਜ਼ਿਆਦਾ ਹੈ ਤਾਂ ਲੁਧਿਆਣਾ ਜਿਹੜਾ ਹੈਗਾ ਮੇਨ ਮੰਡੀ ਇਹਦੀ ਲੁਧਿਆਣਾ। ਚਲੋ, ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਇੱਥੋਂ ਮਸ਼ਰੂਮ ਲੈ ਗਏ ਤੇ ਬਾਜ਼ਾਰ 'ਚ ਵਿਕੀ ਨਾ ਤੁਹਾਨੂੰ ਵਾਪਸ ਲਿਆਉਣੀ ਪੈਗੀ, ਇੱਦਾਂ ਦਾ ਤਾਂ ਨਹੀਂ ਕੁਛ? ਨਹੀਂ, ਉਹ ਹਿਸਾਬ ਆ ਜਾਂਦਾ ਜੀ, ਉਹ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਕਿਹੜੀ ਮਾਰਕੀਟ ਦੇ ਵਿੱਚ ਕਿੰਨੀ ਕੁ ਵਿਕਣੀ ਆ ਤੇ ਉਸ ਹਿਸਾਬ ਨਾਲ ਅਸੀਂ ਡਿਸਟ੍ਰੀਬਿਊਸ਼ਨ ਕਰਦੇ ਹਾਂ। ਹੋਰ ਬਾਈ ਜੀ, ਜਿਵੇਂ ਆਪਣਾ ਕੋਈ ਨਵਾਂ ਕਿਸਾਨ ਵੀਰ ਜਾਂ ਕੋਈ ਘਰੇ ਕਰਨਾ ਚਾਹੁੰਦਾ, ਕੋਈ ਸੁਝਾਅ ਤੁਹਾਡਾ ਉਹਨਾਂ ਨੂੰ ਕੀ ਦੇਣਾ ਚਾਹੁੰਦੇ ਜਾਂ ਕੋਈ ਅਪੀਲ ਹੋਵੇ? ਅਪੀਲ ਜਾਂ ਸੁਝਾਅ ਤਾਂ ਵੀਰ ਜੀ ਇਹੀ ਆ ਵੀ ਥੋੜਾ ਜਿਹਾ ਛੋਟੇ ਉਹ ਤੋਂ ਸਟਾਰਟ ਕਰੋ, ਪਹਿਲਾਂ ਇਹਨੂੰ ਘਰੇ ਰੱਖ ਕੇ ਵੇਖੋ, 5-7-10 ਲਫਾਫੇ, 20 ਲਫਾਫੇ। ਜੇ ਥੋੜਾ ਜਿਹਾ ਵੱਡਾ ਕਰਨਾ ਹੈ 100 ਲਫਾਫਾ ਰੱਖ ਲਓ, ਤੇ ਉਸ ਤੋਂ ਬਾਅਦ ਇੱਕ ਸ਼ੈੱਡ ਤੇ ਆਓ, ਉਸ ਤੋਂ ਬਾਅਦ 2-3 ਸ਼ੈੱਡ ਤੇ ਆਓ, ਫਿਰ ਹੌਲੀ ਹੌਲੀ ਇਹਨੂੰ ਵਧਾਓ, ਕਿਉਂਕਿ ਐਕਸਪੈਂਸਿਵ ਵੀ ਹੈ, ਥੋੜਾ ਜਿਹਾ ਰਿਸਕੀ ਵੀ ਹੈਗਾ, ਕਿਉਂਕਿ ਜਦੋਂ ਪੈਸਾ ਇਨਵੋਲਵ ਹੁੰਦਾ ਤਾਂ ਰਿਸਕ ਸਾਰੀਆਂ ਚੀਜ਼ਾਂ 'ਚ ਹੀ ਆ ਜਾਂਦਾ। ਪਰ ਜੇ ਤੁਹਾਨੂੰ ਸੌਖਾ ਲੱਗਦਾ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਫਿਰ ਕੋਈ ਇਸ਼ੂ ਨਹੀਂ। ਤੁਸੀਂ ਰਿਸਕ ਦੀ ਗੱਲ ਕਰੀ ਆ, ਮੈਂ ਕਿੱਥੇ ਮੈਥੋਂ ਸਵਾਲ ਵੀ ਮਿਸ ਹੋ ਗਿਆ ਸੀਗਾ ਵੀ ਜਦੋਂ ਉਹਦੇ 'ਚ ਤੁਸੀਂ ਇਹਨੂੰ ਪਾਤਾ, ਸੀਡ ਪਾਤਾ, ਕੋਈ ਉਸ ਤੋਂ ਬਾਅਦ ਇਹਦੇ 'ਤੇ ਰੇਹ ਸਪਰੇ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਮਿਹਨਤ ਆਉਂਦੀ ਆ? ਰੇ ਸਪਰੇ ਦੀ ਕੋਈ ਬਾਲੀ ਖਾਸ ਨਹੀਂ ਆਉਂਦੀ ਹੈਗੀ, ਮੇਨ ਇਹਦੇ ਚ ਪਾਣੀ ਹੀ ਯੂਜ਼ ਹੁੰਦਾ ਹੈਗਾ, ਉਹ ਡੇਲੀ ਹਲਕਾ ਫੁਲਕਾ ਮਾਰਨਾ ਪੈਂਦਾ, ਕੋਈ ਬਾਲਾ ਪਾਣੀ ਯੂਜ਼ ਹੁੰਦਾ ਹੈਗਾ, ਫੁਹਾਰਾ ਟਾਈਪ ਟਾਈਪ ਮਾਰਨਾ ਪੈਂਦਾ। ਤੇ ਰੇ ਕੋਈ ਯੂਜ਼ ਨਹੀਂ ਹੁੰਦੀ ਬਾਅਦ ਦੇ ਵਿੱਚ, ਸਿਰਫ ਕਈ ਵਾਰ ਇਹ ਹੋ ਜਾਂਦਾ ਵੀ ਉਹ ਵੀ ਆਰਗੈਨਿਕ ਜਿਵੇਂ ਐਂਬੇ ਵਗੈਰਾ ਦੀ ਅਸੀਂ ਉਦਾਂ ਦੀ ਯੂਜ਼ ਕਰਦੇ ਹਾਂ, ਬਾਈ ਚਾਂਸ ਜੇ ਕਿਸੇ ਹੋਰ ਫੰਗਲ ਦਾ ਅਟੈਕ ਹੁੰਦਾ ਜਾਂ ਹੋਰ ਹੁੰਦਾ ਉਹਦੇ ਵਾਸਤੇ ਥੋੜੀ ਬਹੁਤੀ ਹੋ ਸਕਦੀ ਹੈ। ਬਾਕੀ ਰੈਗੂਲਰ ਜਿੱਦਾਂ ਆਪਾਂ ਨਰਮੇ ਤੇ ਕਰਦੇ ਹਾਂ ਜਾਂ ਰਵੇਤੀ ਫਸਲਾਂ ਤੇ ਕਰਦੇ ਹਾਂ ਉਹਨਾਂ ਦੀ ਕੋਈ ਰੇਸ ਨਹੀਂ। ਇਹਨੂੰ ਆਪਾਂ ਆਰਗੈਨਿਕ ਸਬਜ਼ੀ ਕਹਿ ਸਕਦੇ ਹਾਂ? ਫੁੱਲੀ ਆਰਗੈਨਿਕ ਨਹੀਂ ਕਹਿ ਸਕਦੇ, ਸੈਮੀ ਆਰਗੈਨਿਕ ਕਹਿ ਸਕਦੇ। ਪਰ ਜਿਹੜੀਆਂ ਆਪਾਂ ਖੇਤਾਂ ਦੇ ਵਿੱਚੋਂ ਮੋਨੋ ਜੇ ਉਹ ਕਰਕੇ ਲਾਉਣਾ ਉਹਨਾਂ ਨਾਲ ਤਾਂ ਚੰਗੀ ਹੈ। ਬਿਲਕੁਲ ਜੀ, ਉਹ ਤਾਂ ਵੈਸੇ ਸੈਮੀ ਆਰਗੈਨਿਕ ਵੀ ਮੈਂ ਤਾਂ ਹੀ ਕਹੀ ਹੈ ਨਾ, ਕਿਉਂਕਿ ਜਿਹੜਾ ਇਹਦੇ ਵਿੱਚ ਅਸੀਂ ਰੋ ਮਟੀਰੀਅਲ ਵੀ ਯੂਜ਼ ਕਰਦੇ ਜਿੱਦਾਂ ਤੂੜੀ ਕਰਦੇ ਹਾਂ ਹੁਣ ਕਰਦੇ, ਉਹ ਵੀ ਫੁੱਲੀ ਆਰਗੈਨਿਕ ਨਹੀਂ ਹੁੰਦਾ ਹੈਗਾ ਆਪਣੇ ਕੋਲ। ਮਤਲਬ ਜੇ ਹੁਣ ਆਪਾਂ ਤੂੜੀ ਯੂਜ਼ ਕਰਦੇ ਹਾਂ ਇਹਦਾ ਰੋ ਮਟੀਰੀਅਲ ਹੈ, ਤੂੜੀ ਦੇ ਉੱਪਰ ਵੀ ਕਦੇ ਨਾ ਕਦੇ ਤਾਂ ਸਪਰੇ ਹੋਈ ਹੋਣਾ, ਤਾਂਹੀਓ ਇਹਨੂੰ ਐਜ਼ ਏ ਠੱਪਾ ਲਾ ਕੇ ਆਪਾਂ ਕਹਿ ਦਈਏ ਵੀ ਬਿਲਕੁਲ ਹੀ ਆਰਗੈਨਿਕ ਹੈ ਜੀ, ਕਿਉਂਕਿ ਜਦੋਂ ਰੋ ਮਟੀਰੀਅਲ ਦੇ ਵਿੱਚ ਹੀ ਹਲਕਾ ਫੁਲਕਾ ਆ ਹੀ ਜਾਂਦਾ, ਉਹ ਤਾਂ ਆਪਣੇ ਦੇਖੋ ਕਣ ਕਣ 'ਚ ਹੋ ਰਿਹਾ ਹੁਣ ਸਾਰਾ ਜਿਹੜਾ ਹੈਗਾ ਸਪਰੇਆਂ ਦਾ ਹਨਾ ਹੋਰ, ਤੇ ਰੋ ਮਟੀਰੀਅਲ ਦੇ ਵਿੱਚ ਹੀ ਹਲਕਾ ਫੁਲਕਾ ਜੇ ਉਹ ਆ ਜੇ ਤਾਂ ਉਹਨੂੰ ਆਪਾਂ ਜੇ ਕਦੇ ਬਾਈ ਚਾਂਸ ਜਾਂਚ ਕਰਵਾ ਲੈਣ ਜਾਂ ਆਪਾਂ ਆਰਗੈਨਿਕ ਕਹਿ ਕੇ ਵੇਚੀ ਚੱਲੀਏ, ਬਿਲਕੁਲ ਹੀ ਸੈਮੀ ਆਰਗੈਨਿਕ ਕਹਿ ਸਕਦੇ ਹਾਂ। ਮਤਲਬ ਉਹਨਾਂ ਨਾਲੋਂ ਤੁਸੀਂ ਇਹ ਲਾ ਲਓ ਵੀ 5-10% ਵੀ ਇਹਦੇ ਵਿੱਚ ਕੋਈ ਇਦਾਂ ਦਾ ਯੂਜ਼ ਹੁੰਦਾ ਕੈਮੀਕਲ। ਅਵਤਾਰ ਜੀ, ਇੱਕ ਮੈਨੂੰ ਬਸ ਜਾਂਦੇ ਜਾਂਦੇ ਇਹ ਦੱਸ ਦਿਓ ਵੀ ਜਦੋਂ ਤੁਸੀਂ ਉੱਧਰ ਆਪਦਾ ਢਾਂਚੇ ਦੇ ਵਿੱਚ ਉਹ ਪਾਤਾ ਮਟੀਰੀਅਲ, ਕਿੰਨੇ ਦਿਨ ਬਾਅਦ ਇਹਦੀ ਜਿਹੜੀ ਫਰੂਟਿੰਗ ਕਹੀਏ ਆਪਾਂ ਉਹ ਸਟਾਰਟ ਹੋ ਜਾਂਦੀ ਹੈ ਜਾਂ ਤੁੜਾਈ ਆਪਾਂ ਕਹੀਏ ਕਿੰਨੇ ਦਿਨ ਬਾਅਦ ਸਟਾਰਟ ਹੋ ਜਾਂਦੀ ਹੈ? ਉਹ ਲਗਭਗ 1 ਮਹੀਨਾ ਜੀ, 30 ਦਿਨ ਦੇ ਲਗਭਗ ਪਾਉਣ ਤੋਂ ਮਹੀਨਾ ਬਾਅਦ ਹਾਂਜੀ ਇਹਦੀ ਉਹਦੀ ਫਰੂਟਿੰਗ ਤੇ ਆ ਜਾਂਦੀ, ਫਰੂਟਿੰਗ ਸਟਾਰਟ ਹੁੰਦੀ ਹੈ। ਤੇ ਜੇ ਆਪਾਂ ਮਤਲਬ ਘਰੇ ਆਪਾਂ ਸਬਜ਼ੀਆਂ ਆਮ ਵੀ ਲਾਉਣੇ ਆ
ਇਹਨੂੰ ਵੀ ਆਪਾਂ ਘਰੇ ਜੇ ਕਿਸੇ ਨੇ ਕਿਸਾਨ ਵੀਰ ਨੇ ਲਾਉਣਾ ਸਬਜ਼ੀ ਦੇ ਤੌਰ ਤੇ ਘਰੇ ਵੀ ਲਾ ਸਕਦਾ 5-10 ਲਫਾਫੇ ਬਿਲਕੁਲ ਜੀ 10 ਲਫਾਫੇ ਲੈ ਜਾਓ ਇੱਥੋਂ ਕੋਈ ਦਿੱਕਤ ਨਹੀਂ ਹੈ ਅਸੀਂ ਉਹ 10 ਲਫਾਫੇ ਕਿੰਨਾ ਉਹਨੂੰ ਮਤਲਬ ਕਿੰਨੇ ਕ ਟਾਈਮ ਜਾਂ ਕਿੰਨੀ ਕ ਸਬਜ਼ੀ ਖਵਾ ਦੇਣਗੇ ਉਹ ਮੈਨੂੰ ਲੱਗਦਾ ਵੀ ਇਹ ਕੰਮ ਆਪਾਂ 5-7 ਮਤਲਬ ਜੀਆਂ ਦਾ ਟੱਬਰ ਹੈਗਾ ਤਾਂ ਪੂਰਾ ਸੀਜ਼ਨ ਆਰਾਮ ਨਾਲ ਚੱਲੂਗਾ ਕੋਈ ਦਿੱਕਤ ਨਹੀਂ ਯਾਨੀ ਕਿ ਦਸੰਬਰ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਤੱਕ ਉਹਨੂੰ ਘਰ ਦੀ ਸਬਜ਼ੀ ਤਿਆਰ ਬਿਲਕੁਲ ਜੀ ਕਿਉਂਕਿ ਉਹਦੇ ਵਿੱਚੋਂ ਜੇ 10 ਲਫਾਫੇ ਆਪਾਂ ਕਰ ਲਈਏ ਤਾਂ ਉਹਦੇ ਵਿੱਚੋਂ 30-35 ਕਿਲੋ 40 ਕਿਲੋ ਦੇ ਆਰਾਮ ਨਾਲ ਹੋ ਜਾਊਗੀ ਤਾਂ ਉਹਦੇ ਨਾਲ ਕੀ ਹੈਗਾ ਵੀ ਮਤਲਬ ਹਲਕਾ ਹਲਕਾ ਤੁਸੀਂ ਮਤਲਬ ਜ਼ਿਆਦਾ ਵੀ ਨਹੀਂ ਯੂਜ਼ ਹੁੰਦੀ ਇਹ ਜੇ ਡੇਲੀ ਯੂਜ਼ ਤਾਂ ਹੁੰਦੀ ਨਹੀਂ ਡੇਲੀ ਯੂਜ਼ ਵੀ ਨਹੀਂ ਹੁੰਦੀ ਸੈਕੰਡਲੀ ਆਪਾਂ ਜਿਹੜਾ ਪੈਕਟ ਵੀ ਲੈਣੇ ਆ ਉਹ 20 ਗ੍ਰਾਮ 200 ਗ੍ਰਾਮ ਦਾ ਹੀ ਹੁੰਦਾ ਹੈ 200 ਜੀ ਠੀਕ ਹੈ ਜੀ ਜੇ ਇਹਨੂੰ ਅੱਧਾ ਕਿਲੋ ਵੀ ਯੂਜ਼ ਕਰ ਲਓ ਅੱਧਾ ਕਿਲੋ ਬਾਕੀ ਜਿੱਦਾਂ ਪਨੀਰ ਦੀ ਆ ਫਲਾਵਟ ਵੀ ਜ਼ਿਆਦਾ ਦਿੰਦੀ ਆ ਹੋਰ ਹੁੰਦਾ ਸਾਰਾ ਤੇ ਆਰਾਮ ਨਾਲ ਪੂਰਾ ਸੀਜ਼ਨ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਇਹਦੇ ਚ ਅਵਤਾਰ ਜੀ ਕੋਈ ਵੈਰਾਈਟੀਆਂ ਵੀ ਹੈਗੀਆਂ ਵੱਧ ਕਾਮਯਾਬ ਕਿਹੜੀ ਹੈ ਜਾਂ ਕੋਈ ਘੱਟ ਕਾਮਯਾਬ ਜਾਂ ਕਿਹੜੀ ਵੈਰਾਈਟੀ ਤੁਸੀਂ ਪੈਦਾ ਕਰ ਰਹੇ ਹੋ ਵੈਸੇ ਮਸ਼ਰੂਮ ਦੇ ਵਿੱਚ ਇਹ ਹੈ ਤਾਂ ਬਹੁਤ ਤਰ੍ਹਾਂ ਦੀ ਮਸ਼ਰੂਮ ਹੈਗੀ ਆਪਣੇ ਜਿਹੜਾ ਯੂਜ਼ ਹੁੰਦਾ ਹੈ ਖਾਸ ਕਰਕੇ ਇੰਡੀਆ ਦੇ ਵਿੱਚ ਯੂਜ਼ ਹੁੰਦਾ ਆਪਣੇ ਨਾਰਥ ਇੰਡੀਆ ਦੇ ਵਿੱਚ ਯੂਜ਼ ਹੁੰਦਾ ਉਹ 3 ਤਰ੍ਹਾਂ ਦੀ ਹੈਗੀ ਆਪਣੇ ਮੋਸਟਲੀ ਲਈ ਬਟਨ ਮਸ਼ਰੂਮ ਕਰਦੇ ਆ ਇੱਕ ਓਇਸਟਰ ਹੈ ਜਿਹਨੂੰ ਢਿੰਗਰੀ ਕਹਿ ਦਿੰਦੇ ਆਪਾਂ ਉਹ ਅਲੱਗ ਤਰ੍ਹਾਂ ਦੀ ਹੁੰਦੀ ਹੈ ਉਹ ਵੀ ਘੱਟ ਹੀ ਦੇਖਦੇ ਆ ਆਪਾਂ ਇੱਕ ਹੁੰਦੀ ਹੈ ਮਿਲਕੀ ਕਹਿੰਦੇ ਹੈਗੇ ਉਹ ਇਹਨਾਂ ਦਾ ਤਿੰਨਾਂ ਦਾ ਜਿਹੜਾ ਹੈਗਾ ਉਗਾਉਣ ਦਾ ਤਰੀਕਾ ਅਲੱਗ ਹੈ ਸਾਰਾ ਕੁਝ ਅਲੱਗ ਅਲੱਗ ਹੀ ਹੈ ਟੈਂਪਰੇਚਰ ਅਲੱਗ ਅਲੱਗ ਨੇ ਤਿੰਨਾਂ ਦੇ ਤੁਸੀਂ ਕਿਹੜੀ ਦੀ ਖੇਤੀ ਕਰ ਰਹੇ ਹੋ ਅਸੀਂ ਬਟਨ ਮਸ਼ਰੂਮ ਦੀ ਜਿਹੜੀ ਆਪਣੇ ਆਮ ਚੱਲਦੀ ਹੈ ਜਿਹੜੀ ਆਪਾਂ ਅਸਲ ਆਮ ਲੋਕ ਹੈ ਜਿਹੜੇ ਮਸ਼ਰੂਮ ਨੂੰ ਜਿਹੜੀ ਮਸ਼ਰੂਮ ਦੇ ਤੌਰ ਤੇ ਜਾਣਦੇ ਆ ਉਹੀ ਹੈ ਅੱਛਾ ਅਵਤਾਰ ਜੀ ਬਸ ਇੱਕ ਮੈਨੂੰ ਸਵਾਲ ਦੱਸ ਦਿਓ ਵੀ ਦੇਖੋ ਹਰ ਚੀਜ਼ ਕਿਸਾਨ ਕਈ ਵਾਰੀ ਪੈਦਾ ਕਰ ਲੈਂਦਾ ਪੈਦਾ ਕਰਨੀ ਔਖੀ ਨਹੀਂ ਬਾਅਦ ਚ ਵੇਚਣ ਦੀ ਬੜੀ ਵੱਡੀ ਦਿੱਕਤ ਆਉਂਦੀ ਹੈ ਮਾਰਕੀਟਿੰਗ ਇਹਦੀ ਕਿੰਨਾ ਕੁ ਸੌਖਾ ਜਾਂ ਔਖਾ ਜਾਂ ਕਿੰਨਾ ਕੁ ਉਹਦੇ ਚ ਤੁਹਾਨੂੰ ਮੁਸ਼ਕਲ ਆਉਂਦੀ ਹੈ ਜੇ ਤਾਂ ਜੀ ਤੁਸੀਂ ਛੋਟੇ ਪੱਧਰ ਤੇ ਕਰਦੇ ਹੋ ਉਹਦੇ ਲਈ ਤਾਂ ਆਈ ਥਿੰਕ ਸੌਖਾ ਹੀ ਹੈ ਲੋਕਲ ਵੀ ਵਿਕ ਜਾਂਦੀ ਹੈ ਜਿੱਦਾਂ ਅਸੀਂ ਪਹਿਲਾਂ ਬੁੜਲਾਡੇ ਲੈ ਕੇ ਜਾਂਦੇ ਹੁੰਦੇ ਸੀ ਉੱਥੇ 40-50 ਕਿਲੋ ਲੱਗ ਜਾਂਦੀ ਹੈ ਮਾਨਸਾ ਲੈ ਕੇ ਜਾਂਦੇ ਹੋ ਉੱਥੇ 1.5 ਕੁਇੰਟਲ ਦੇ ਲਗਭਗ ਲੱਗ ਜਾਂਦੀ ਹੈ ਸੰਗਰੂਰ ਲੈ ਕੇ ਜਾਂਦੇ ਹੋ ਉੱਥੇ 2 ਕੁਇੰਟਲ ਲੱਗ ਜਾਂਦੀ ਹੈ ਪਰ ਜੇ ਤੁਹਾਡੀ ਜਿਹੜਾ ਹੈਗਾ ਪ੍ਰੋਡਕਸ਼ਨ ਜ਼ਿਆਦਾ ਹੈ ਤਾਂ ਲੁਧਿਆਣਾ ਜਿਹੜਾ ਹੈਗਾ ਮੇਨ ਮੰਡੀ ਦੀ ਲੁਧਿਆਣਾ ਚੋ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਇੱਥੋਂ ਮਸ਼ਰੂਮ ਲੈ ਗਏ ਤੇ ਬਾਜ਼ਾਰ 'ਚ ਵਿਕੀ ਨਾ ਤੁਹਾਨੂੰ ਵਾਪਸ ਲਿਆਉਣੀ ਪੈਗੀ ਇਦਾਂ ਦਾ ਤਾਂ ਨਹੀਂ ਕੁਛ ਨਹੀਂ ਉਹ ਹਿਸਾਬ ਆ ਜਾਂਦਾ ਜੀ ਉਹ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਕਿਹੜੀ ਮਾਰਕੀਟ ਦੇ ਵਿੱਚ ਕਿੰਨੀ ਕੁ ਵਿਕਣੀ ਆ ਤੇ ਉਸ ਹਿਸਾਬ ਨਾਲ ਅਸੀਂ ਡਿਸਟ੍ਰੀਬਿਊਸ਼ਨ ਕਰਦੇ ਆ ਤਾਂ ਬਹੁਤ ਬਹੁਤ ਧੰਨਵਾਦ ਇਹ ਸਨ ਸਾਡੇ ਨਾਲ ਐਡਵੋਕੇਟ ਅਵਤਾਰ ਜੀ ਕਲੀਪੁਰ ਤੋਂ ਕਿਸਾਨ ਵੀਰੋ ਜੇ ਕਿਸੇ ਵੀਰ ਨੇ ਕੋਈ ਘਰ ਵਾਸਤੇ ਜਾਂ ਕਿਸੇ ਨੇ ਕਮਰਸ਼ੀਅਲਾਈਜ਼ ਜਾਂ ਖੇਤੀ ਕਰਨੀ ਆ ਤਾਂ ਵੀਰ ਤੋਂ ਜ਼ਰੂਰ ਰਾਏ ਮਸ਼ਵਰਾ ਲੈ ਸਕਦੇ ਹੋ ਇੱਥੇ ਆ ਕੇ ਜ਼ਰੂਰ ਮਿਲ ਜਾਓ ਘਰੇ ਕਿਸੇ ਨੇ 10 ਲਫਾਫੇ ਲਾਉਣੇ ਆ ਤਾਂ ਬਾਈ ਜੀ ਕਹਿੰਦੇ ਉਹ ਵੀ ਅਸੀਂ ਦੇ ਦਾਂਗੇ ਜੋ ਵੀ ਰੇਟ ਹੋਊ ਮੌਕੇ ਦਾ ਉਸ ਹਿਸਾਬ ਨਾਲ ਤੁਹਾਨੂੰ ਮਿਲ ਜਾਣਗੇ ਤਾਂ ਘਰੇ ਆਪਦੀ ਖੇਤੀ ਤੁਸੀਂ ਕਮਰੇ 'ਚ ਵੀ ਕਰ ਸਕਦੇ ਹੋ ਤਾਂ ਤੁਸੀਂ ਦੇਖ ਰਹੇ ਸੀ ਚੜ੍ਹਦਾ ਪੰਜਾਬ ਟੀਵੀ ਤੇ ਮੈਂ ਹਾਂ ਗੁਰਲਾਲ ਸਿੰਘ।